ਹਾਂਜੀ, ਕੀ ਹਾਲ ਆ ਸਾਰੇ ਹੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਵੀਰੋ? ਕਬੂਤਰ ਕਬਾਤਰ ਸੈੱਟ ਹੈ ਸਾਰੇ ਵੀਰੇ? ਠੀਕ ਹੈ ਲਓ ਜੀ, ਕੁਰਜੀ ਬਲੌਗ ਦੀ ਸਟਾਰਟਿੰਗ ਲਗਭਗ 10:20 'ਤੇ ਅੱਜ ਦਿਨ ਬਹੁਤ ਜ਼ਿਆਦਾ ਵਧੀਆ ਵਾ ਪਿਓ। ਕਿਆ ਬਾਤ ਨੇ? ਅੱਜ ਤਾਂ ਕਹਿੰਦੇ ਧੁੱਪਾਂ ਧੁੱਪਾਂ ਹੋਈਆਂ ਪਈਆਂ ਬਾਹਰ, ਅਤੇ ਬਸ ਚਾਹ ਚੂਹ ਪੀਂਦੇ ਹਾਂ, ਚਾਹ ਵੀ ਆਈ ਪਈ ਇੱਧਰ। ਠੀਕ ਆ, ਉਦੋਂ ਬਾਅਦ ਉੱਠਦੇ ਹਾਂ, ਫਿਰ ਦੇਖਦੇ ਹਾਂ, ਕੱਢਦੇ ਹਾਂ ਬੱਚੇ ਬੁੱਚੇ ਵਾਹ ਵਾਹ ਸਾਰੇ। ਚਲੋ ਜੀ, ਨਿਕਲੀ ਵੇਸਟ ਰਹੇਗਾ ਇੱਧਰੋਂ। ਇੱਕ ਤਾਂ ਏਅਰਪੋਰਟ ਨਾਲੇ ਖੜ੍ਹ ਜਾ, ਡਿੱਗੇ ਪਏ ਥੱਲੇ, ਅਤੇ ਇੱਕ ਚੱਕਲੇ ਚੱਪ ਜਲਦੀ ਜਾਂਦੇ, ਅਤੇ ਬਾਹਰ ਨਿਕਲ ਕੇ ਪਹਿਲਾਂ ਦੇਖੀ ਵਾਕਈ ਮੌਸਮ ਸਾਫ਼, ਅੱਜ ਵਾਕਈ ਸਾਫ਼ ਹੀ ਆ ਜਿਹੜੇ ਹਿਸਾਬ 'ਤੇ ਆ ਧੁੱਪ ਆਈ ਹੈ ਨਾ। ਅਤੇ ਓਕੇ ਆ ਬਈ, ਫਸਟ ਕਲਾਸ ਮਸਤ ਹੈ, ਨਿੰਮ ਦੇ ਵਿੜਾ ਅਤੇ ਤੋਤੇ ਆਹੀ ਕੰਮ ਦੀ ਕਸਰ ਜੀ, ਸਹੀ ਕੀਤਾ, ਵਧੀਆ ਦਿਸਣ ਜੇ ਲੱਗ ਗਏ ਇੱਥੋਂ। ਹੁਣ ਕਬੂਤਰ ਕਬਾਤਰ ਆਉਂਦੇ, ਜਾਗਰੂ ਆਉਂਦਾ ਜਾਂਦਾ ਹੈ ਨਾ, ਨੀਵਾਂ ਉੱਚਾ ਜਿਹੜਾ ਰਹਿ ਗਿਆ ਬੋਧੀ ਜੀ, ਇਹਨੂੰ ਵਿੜਾ ਹੀ ਦਿਓ। ਮੈਂ ਤਾਂ ਖੇਡ ਯਾਬਣ ਭੈਣ ਕਰਾਉਣਾ ਕੀ ਕਰਾਉਣਾ। ਹਾਂ ਬੱਤ, ਸਾਰੇ ਬੱਚੇ ਥੱਲੇ ਆਏ ਫਿਰਦੇ ਆ ਕੰਜਰ, ਹੁਣ ਤਾਂ ਭੁੱਖੇ ਮਰਦੇ। ਉਹਨੇ ਕੀ ਕਰੀਏ ਭਾਈ, ਆਪਾਂ ਘਰੇ ਮੈਂ ਕਰੀ ਜਾ ਆ ਹੈ ਨਾ, ਰੋਟੀ ਰਾਟੀ ਹਜੇ ਬੰਨੀ ਆਉਂਦੀ, ਅਤੇ ਮੈਂ ਤੁਸੀਂ ਚਾਹ ਵੀ ਵਿੱਚ ਹੀ ਬੰਨ ਦਿਓ ਨਾਲ ਹੀ ਕਰਕੇ, ਮੁੜ ਕੇ ਗੇੜੇ ਨਾ ਲੱਗਣਗੇ ਮੇਰੇ। ਅਤੇ ਛਤਰੀਆਂ ਛੁਤਰੀਆਂ ਸੈੱਟ ਵੈੱਟ ਕਰਕੇ ਵੀ ਰਾਤ ਲਾ ਕੇ ਅੰਦਰ ਰੱਖਦਾ ਸੀ ਹੈ ਨਾ, ਮੈਨੂੰ ਐਂ ਸੀ ਯਾਰ ਇਹਨੇ ਨਾਲ ਇੱਕ ਸੀਜ਼ਨ ਵੱਧ ਚੱਲ ਜਾਣਗਾ, ਨਹੀਂ ਤਾਂ ਬਾਹਰ ਲੱਗਾਂ ਤੁਹਾਨੂੰ ਪਤਾ ਖਰਾਬ ਹੋ ਜਾਂਦਾ ਹੈਗਾ। ਬਾਕੀ ਕੱਪੜਾ ਬਹੁਤ ਚੰਗਾ ਸੀ ਬਈ ਐਤਕੀ, ਵਾਕਈ ਕੱਪੜੇ ਨੇ ਜਮਾਂ ਵੀ ਰੰਗ ਨਹੀਂ ਉਹ ਕੀਤਾ ਹਜੇ ਤੱਕ ਤਾਂ। ਹਾਂਜੀ ਬਾਬੇ, ਉਹ ਛਤਰੀਆਂ ਕਰਤੀਆਂ ਵੀ ਸਾਰੀਆਂ ਸੈੱਟ ਵੈੱਟ, ਠੀਕ ਹੈ। ਉਧਰੀ ਛਤਰੀ ਦੇ ਵਿੱਚ ਜਾਨਵਰ ਬੰਨਤਾ, ਥੱਲੇ ਲਾ ਤੀ, ਉਦੋਂ ਥੱਲੇ ਸ਼ਾਇਦ ਨੀਵੀਂ ਛਤਰੀ ਦੇ ਬੱਚੇ ਬੁੱਝ ਪਾਵਾਂਗੇ, ਐਤੇ ਵੀ ਕਬੂਤਰੀ ਬਣਦੇ, ਠੀਕ ਹੈ। ਸਭ ਕੁਛ ਓਕੇ, ਰਿਪੋਰਟ ਆਦਾ ਜਿਹੜੇ ਇੱਧਰੋਂ ਪਿਓਰ ਮੋਮ ਬੱਚੇ ਲਿਆਉਂਦੇ ਉਹ ਵੀ ਕੱਢਾਂਗੇ, ਅਤੇ ਕੁਛ ਨਵੇਂ 4 ਕੁ ਬੱਚੇ ਛੋਟੇ ਉਹ ਵੀ ਕੱਢਾਂਗੇ, ਅਤੇ ਕੁਛ ਜਿਹੜੇ ਪੁਰਾਣੇ ਆਪਾਂ ਬੱਚੇ ਭਾਉਣੇ ਹੁੰਦੇ ਛਤਰੀ 'ਤੇ, ਉਹ ਬੱਚੇ ਸਾਰੇ ਆਹ ਖੁੱਡੇ ਸ਼ਿਫਟ ਕਰਾਂਗੇ, ਠੀਕ ਹੈ। ਅਤੇ ਬਾ ਮੈਂ ਪਹਿਲਾਂ ਖੇਤ ਆ ਕੇ, ਖੇਤ ਵਾਲਾ ਕੰਮ ਨਿਬੜਿਆ, ਮੁੜ ਕੇ ਐਵੇਂ ਆਪਾਂ ਨੂੰ ਫੋਨ ਜਿਹੇ ਆਈ ਜਾਣ ਵਿੱਚ, ਅਤੇ ਕਿਉਂਕਿ ਅੱਜ ਮਹਾਂ ਦਾ ਦੇਣ ਲੱਗਿਆ ਬੱਚਿਆਂ ਦਾ ਯਾਰ ਡਾਊਨ ਵਾਲਾ, ਅਤੇ ਇੱਧਰੋਂ ਵੀ ਕੱਢਾਂਗੇ ਅੱਜ ਆਹ ਖੁੱਡੇ 'ਚੋਂ ਵੀ ਕੋਈ ਇੱਕ ਦੋ ਬੱਚੇ, ਜਿਹਨਾਂ ਦਾ ਵਾਰਗਾ ਘੱਟ ਹੋਗਾ, ਇੱਕ ਦੋ ਹੋਗਾ ਵਾਰੀ, ਇੱਕ ਹੋਰ ਲੈ ਲਾਂਗੇ ਰੇਨੇ ਨਾਲ, ਹੈ ਨਾ, ਆਪਣਾ ਮਨ ਜਾ ਖੜ ਜੂਗਾ, ਹੋਰ ਤਾਂ ਕੀ ਹੁੰਦਾ ਹੈਗਾ। ਨਹੀਂ ਬਸ ਸੁਖਜਿੰਦਰ ਵਾਲੀ ਨਾ ਹੋਈ ਜਿਵੇਂ ਕੱਲ੍ਹ ਹੋਈ ਉਹਦੇ ਨਾਲ, ਪਰ ਸਹੀ ਦੱਸਾਂ ਤਾਂ ਉਹਦਾ ਮੂੰਹ ਹੀ ਇਸ ਕੰਮ ਵਾਲਾ ਸੀਗਾ, ਉਹਦੇ ਕੋਲ 4 ਟੋਟਰੂ ਚੰਗੇ ਸੀ, ਉਹ ਤਾਂ ਸਾਂਭੇ ਨਹੀਂ ਜਾਂਦੇ ਹੈਗੇ, ਉਹਨੂੰ ਐਂ ਹੁੰਦਾ ਵੀ ਮੈਂ ਗਲਾ ਵਾਲਾ ਛੇਤੀ ਛੇਤੀ, ਹੈ ਨਾ, ਮੁੜ ਕੇ ਗਾਹ ਨੂੰ ਐਂ ਬਾਜੀ ਬੂਜੀ ਛੱਡਣਾ ਪਈ, ਕੋਈ ਕੀ ਫਾਇਦਾ ਉਹ ਗੱਲ 'ਚ। ਆ ਗਏ ਜੀ ਖੇਤ, ਲੈ ਕੇ 4 ਰੋਟੀ, ਇਹਦੇ 'ਚ 4 ਰੋਟੀ ਅਤੇ ਇੱਧਰ ਪਾਸੇ ਲੱਸੀ ਭਾਈ, ਬੰਦਾ ਇਹ ਆਪਣੇ ਲਾਈ ਜਾਂਦੇ ਕਰਾਈ ਕਹਿੰਦੇ ਵਟਾਂ 'ਤੇ, ਠੀਕ ਹੈ। ਕਣਕ ਕੁਣਕ ਦਾ ਸਾਨੂੰ ਪਤਾ ਆ ਗਏ ਜੀ ਖੇਤ, ਰੋਟੀ ਰਾਟੀ ਫੜਾ ਜਾਂਦੀ, ਚਾਹ 'ਚ ਫੜਾ ਜਾਂਦੀ ਬਈ ਯਾਰ, ਤੜਕੇ ਮੌਸਮ ਵਧੀਆ ਸੀ ਬਾਬਾ ਯਾਰ, ਹੁਣ ਥੋੜ੍ਹਾ ਜਿਹਾ ਡੱਲ ਜਾ ਕੇ, ਕਿਉਂਕਿ ਬੱਦਲ ਆ ਗਿਆ, ਨਹੀਂ ਬੱਦਲ ਆ ਗਿਆ ਮੇਰੇ, ਕੋਈ ਦਿੱਕਤ ਨਹੀਂ, ਕੱਢਦੇ ਹਾਂ ਬੱਚੇ ਬਾਹਰ ਆਪਾਂ, ਬਸ ਕਰਦੇ ਹਾਂ ਤਿਆਰੀ ਸ਼ਿਆਰੀ ਕਰਕੇ ਸੈੱਟ। ਲਓ ਜੀ ਕੱਢੀਏ ਜਾਨਵਰ ਬਾਹਰ, ਪਹਿਲੇ ਨੰਬਰ 'ਤੇ ਹਰੀ ਬਗਲ ਗੁਲਾਬੀ ਪੂੰਜਾ, ਠੀਕ ਹੈ। ਬਾਅਦ ਹੋ ਗਈ ਜੀ ਵੱਡੀ 2-ਸੇ ਡੰਡੇ ਵਾਲੀ, ਉਹ ਕਿੱਧਰ ਬੈਠੀ ਨਹੀਂ ਕੌਲੀ ਜੀ ਨਾ, ਚਲੋ ਕੋਈ ਗੱਲ ਨਹੀਂ, ਬਾਹਰ ਨਵਾਂ ਕੱਢ ਰਹੇ ਨਾ, ਇਹ ਹੋ ਗਏ, ਉਦੋਂ ਬਾਅਦ ਹੋ ਗਿਆ ਹਰੇ ਗੁਲਾਬੀ ਟੂਸੇ ਵਾਲਾ, ਠੀਕ ਆ। ਚੱਲ ਫਿਰ ਹੁਣ ਆਹ ਵੀ ਉੱਡ ਗਈ, ਬਹਿਓ ਬਹਿਓ, ਉੱਡਣਾ ਨਹੀਂ ਕਿ ਉੱਡਣਗੇ, ਚਲੋ ਉਹ ਬੈਗ ਹੀ ਕਰਾਂ ਤਾਂ, ਠੀਕ ਹੈ। ਅਤੇ ਉਦੋਂ ਬਾਅਦ ਕੋਈ ਨਵਾਂ ਵੀ ਨਾ ਛੱਡ ਦੇ ਕੱਢ ਕੇ, ਗੁਲਾਬੀ ਟੋਰੀ ਡਾਊਨ ਸਾਹਿਬ, ਚੱਲ ਫਿਰ ਉਦੋਂ ਬਾਅਦ ਹੋ ਗਿਆ ਫੂੰਜਾ ਟੂਸਾ, ਚੱਲ ਉੱਚਾ ਹੋ ਮਾੜਾ ਜਿਹਾ, ਥੱਲੇ ਫਿਰਦਾ ਗੇੜੇ ਖਾਂਦਾ, ਹਰੀ ਵਾਲਾ ਤਾਂ ਪਹਿਲਾਂ ਹੀ ਫੜਦੇ ਮਗਰ ਕੰਮ ਕਰਦਾ, ਇਹਦੀ ਵੀ ਲਾਸਟ ਡਾਈ ਅੱਜ, ਚੱਲ ਇਹਨੂੰ ਬਾਅਦ 'ਚ ਕੰਡ ਬਣ ਦਿਆਂਗੇ ਯਾਰ, ਇੱਧਰੋਂ
ਹਰੀਆਂ ਕਾਂਦਰਾਂ ਕੱਢ ਦਈਏ, ਹਰੀਆਂ ਕਾਂਦਰਾਂ। ਓਕੇ ਹੋ ਗਈ ਰਿਪੋਰਟ, ਹੋਰ ਕਿਹੜੇ ਕਰੇ ਗਏ ਗੁਲਾਬੀ ਕਾਂਤਰਾ। ਚਲ ਪੁੱਤ ਚਲ 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 ਚਲ, ਮਸਤੀ ਹੋ ਰਿਹਾ ਤਾਂ ਬਾਲੇ। ਇੱਕ ਰਿਹਾ ਗੁਲਾਬੀ ਡੂਸੇ ਦਾ ਨਾ, ਦੂਜੂ ਲੈ ਕੇ ਨਿਕਲ ਦੇ। ਚਲ ਇਹ ਵੀ ਗਿਆ, ਉੱਤੇ ਉੱਡੀ ਭੈਣ ਨੂੰ ਨਵਾਂ ਬੱਚਾ ਨਿਕਲਿਆ ਕੋਈ। ਹਾਏ 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 ਹਾਏ, ਟੇਢਾ ਕੰਮ। ਮੈਨੂੰ ਜਿਹੜੀ ਗੱਲ ਡਰ ਸੀ ਉਹੀ ਹੋ ਗਈ, ਇਹਨਾਂ ਦੇ ਚਿੱਪਾਂ ਲਾ ਕੇ ਕੱਢਣਾ ਸੀ। ਇੱਕ ਮਿੰਟ ਖੜ, ਬੱਚਾ ਨਿਕਲ ਗਿਆ ਨਵਾਂ ਬਾਹਰ। ਉਹੀ ਕੰਮ ਹੋ ਗਿਆ ਬਾਬੇ, ਕਿਆ ਕਰੀਏ ਕਿਆ ਕਰੀਏ। ਇੱਕ ਵਾਰੀ ਫੜਿਆ ਜਾਵੇ ਨਾ, ਫਿਰ ਇਹਦਾ ਹੱਲ ਕਰ ਦਿਆਂਗੇ ਆਪਾਂ। ਹੁਣ ਉਹ ਤੁਰਿਆ ਜਾਂਦਾ, ਇਹਨੂੰ ਸਕੀਮ ਲਾਉਣੀ ਪਊ ਕੋਈ ਨਾ ਕੋਈ। ਇੱਥੇ ਖੜ ਜਾ, ਛੋਟੇ ਬੱਚੇ ਬਾਹਰ ਬੂਹਰ ਕੱਢ ਕੇ ਜਾਂ ਤਾਂ ਉਹ ਬੈਠ ਗਿਆ ਰੁੱਡ ਕੇ। ਗਲਤ ਹੋਇਆ ਕੰਮ ਯਾਰ, ਭੈਣ ਜੋ ਬੱਚਾ ਨਾ ਖਰਾਬ ਹੋ ਜੀ ਆਪਣਾ। ਚਲੋ ਕੋਈ ਨਾ ਯਾਰ, ਇੱਧਰੋਂ ਫਿਰ ਬੱਚੇ ਹੋਰ ਕੱਢਦੇ ਆਪਾਂ, ਜਿਹੜੇ ਕੱਢਣੇ ਸੀ ਇੱਕ ਦੋ ਬੱਚੇ। ਤੁਹਾਨੂੰ ਮੈਂ ਕਹਿੰਦਾ ਸੀਗਾ ਕਿਹੜੇ ਬੱਚੇ ਦੀ ਵਾਰੀ ਲੈਣੀ ਸੀ, ਇੱਕ ਤਾਂ ਲੈਣੀ ਸੀ ਇਹਦੀ ਗੁਲਾਬੀ, ਬਗਲਾ ਦਾ ਲਾਲਚੀ ਨਾ, ਠੀਕ ਹੈ। ਚਲੋ ਸ਼ੇਰਾ ਬਾਇਆ ਕਰਾਂ, ਅਤੇ ਗੁਲਾਬੀ ਕਾਂਤਰਾ। ਬੱਚਾ ਕਿੱਧਰ ਉੱਡ ਗਿਆ ਉੱਧਰੋਂ ਨੂਰ ਹੋਏ, ਦੇਖਿਆ ਨਹੀਂ ਗਾ ਖੰਡ ਉਹ ਨਹੀਂ ਜਿਹੜਾ ਹੋ ਕੋਠੀ 'ਤੇ ਬੈਠਾ ਸੀਗਾ। ਚੱਲ ਰਹਿਣ ਦੇ, ਬੈਠਾ ਬੈਠਾ ਕੋਈ ਨਾ, ਮੈਂ ਭਾਲਦਾ। ਬਾ ਬਹਿਆ ਬਹਿਆ ਤੂੰ ਕੋਈ ਨਾ, ਫਿਰ ਹੋਰ ਬੱਚਾ ਇੱਥੋਂ ਹੀ ਉੱਡ ਗਿਆ ਯਾਰ ਬਾਬਿਓ। ਬੱਚਾ ਪਿੰਡ ਕਿਨੂੰ ਗਿਆ, ਦੇਖ ਕੇ ਆਉਣਾ ਯਾਰ। ਛੋਟਾ ਬੱਚਾ ਉਹ ਜ਼ਿਆਦਾ ਜ਼ਰੂਰੀ ਯਾਰ, ਹੋਰ ਹੀ ਕਲਪਣਾ ਹੋ ਗਈ ਭੈਣ ਜੋ, ਵਾਧੂ ਹੋ ਗਈ ਯਾਰ। ਬੱਚੇ ਦੂਜੇ ਉਡਾਉਣੇ ਸੀਗੇ ਅੱਜ, ਬਾਹਰ ਬੁਰ ਭੇੜਾ ਯਾਰ ਮੈਂ। ਹਾਂਜੀ ਬਾਬਿਓ, ਸਵੇਰੇ ਸਵੇਰੇ ਕਲਪਣਾ ਲਾ ਤੀ ਬੱਚੇ ਨੇ ਯਾਰ, ਫਾਲਤੂ ਦੀ ਜਗ੍ਹਾ ਸਾਰਾ ਪਿੰਡ ਗਾ ਤਾ। ਹੁਣ ਗਊਸ਼ਾਲਾ 'ਚ ਖੜਿਆ ਪਿੰਡ ਦੀ, ਕਿ ਇੱਧਰ ਆਇਆ ਸੀ ਬੱਚਾ, ਪਿੰਡ ਦੇ ਦੂਜੇ ਪਾਸੇ ਆ ਗਿਆ। ਕਹਿੰਦਾ ਲੱਗਦੀ ਨਹੀਂ ਬੱਚਾ ਛੋਟਾ ਯਾਰ, ਬਹਿ ਕੇ ਉੱਡ ਖੜਦਾ ਨਾਲ ਦੀ ਨਾਲ, ਬਹਿ ਕੇ ਉੱਡ ਖੜਦਾ ਪਤੰਦਰ ਦਾ, ਅਤੇ ਇੱਥੇ ਵੀ ਹੈਣੀ ਗਾ। ਚੱਲ ਯਾਰ ਨੂਰ ਆਇਆ ਯਾਰ, ਚੱਲ ਗਿਆ ਸਾਡਾ ਭਰਾ, ਦੇਖੀ ਜਾਊਗੀ ਬਸ, ਜਾਣ ਦੇ ਜਾਂਦਾ ਤਾਂ ਕੀ ਕਰਾਉਣਾ ਫਿਰ। ਆ ਗਏ ਜੀ ਘਰ, ਚੱਤੀ ਭੈੜਾ ਪਾਤਾ ਬੱਚੇ ਨੇ ਤੜਕੋ ਤੜ ਕੇ, ਬਿਨਾਂ ਕੰਮ ਤੋਂ ਹੀ ਆ। ਅਤੇ ਦੂਜੇ ਸਾਹਿਬ ਉਹ ਡੱਟ ਗਏ ਬਈ, ਉਹ ਜਿੰਨੇ ਬੈਠੇ ਸੀ ਬਾਏ ਸੀ ਬਾਹਰ। ਚਲੋ ਇਹ ਤਾਂ ਲੱਗੇ ਆ ਯਾਰ, ਇਹਨਾਂ ਦਾ ਤਾਂ ਤੁਹਾਨੂੰ ਦੱਸਿਆ ਵੀ ਕੋਈ ਸੀਨ ਹੀ ਨਹੀਂ ਗਾ, ਠੀਕ ਹੈ। ਚਲੋ ਫਿਰ ਵੀ ਇੱਕ ਨਿਗਾਹ ਮਾਰ ਕੇ ਬੱਚੇ ਪੂਰੇ ਕਰਕੇ ਆਪਾਂ ਵੀ ਕਿੰਨੇ ਆ ਆਪਣੇ। ਗੁਲਾਬੀ ਕਾਂਤਰਾਂ ਹੋ ਗਈਆਂ, ਟੂਸਾ ਹੋ ਗਿਆ, ਫੂੰਜਾ ਟੂਸਾ ਹੋ ਗਿਆ, ਟੂਸਾ ਡੰਡਾ ਟੋਰੀ, ਟੂਸੇ ਟੋਰੀ ਵਾਲੇ ਆਹ ਕੀ ਦੇ ਆ ਗਏ ਯਾਰ ਨਵੇਂ ਯਾਰ, ਇਹ ਘਲੌਟੇ ਨੇ ਵਿੱਚ ਭੈਣੀ ਜ਼ਿਆਦੀ। ਚਲ ਕੋਈ ਨਾ, ਅਤੇ ਇੱਕ ਰੱਤਾ ਹੋ ਗਿਆ ਆਪਣਾ ਬਗਲ ਵਾਲਾ, ਇੱਕ ਹਰੀ ਬਗਲ ਵਾਲਾ, ਹਰੀਆਂ ਕਾਂਤਰਾਂ, ਇੱਕ ਫੂੰਜਾ ਬਗਲ, ਕਿੱਥੇ ਆ ਫੂੰਜਾ ਬਗਲ ਹੋ ਗਈ, ਟੂਸਾ ਡੰਡਾ ਯੇ ਵੋ, ਹਾਂ ਸਭ ਬੱਚੇ ਹੋ ਗਏ ਮੇਰੇ ਹਿਸਾਬ ਨਾਲ ਤਾਂ ਪੂਰੇ, ਹਰੀਆਂ ਕਾਂਤਰਾਂ। ਹਾਂ ਇੱਕ ਬਿੱਠ ਕਾਂਤਰਾਂ, ਕਿੱਥੇ ਆ ਬੱਚਾ? ਹਾਂਜੀ ਬਾਬਿਓ, ਇੱਕ ਬੱਚਾ ਤਾਂ ਰਹਿ ਗਿਆ ਸੀ ਡਾਉਣ ਵਾਲਾ, ਉਹ ਬੱਚੇ ਦੇ ਚੱਕਰਾਂ 'ਚ ਆਇਆ ਪੁੱਤ, ਕਾਲਾ ਚੀਨਾ ਬਈ, ਸੱਜਾ ਕਲਾ ਪੀ ਟੂਸਾ, ਇਹਨੂੰ ਨਹੀਂ ਕੱਢ ਦੇ ਗਿਆ ਵਿਚਾਰੇ ਨੂੰ। ਚੱਲ ਪੁੱਤ ਉੱਡ ਜਾ।
ਆ ਦੂਜਿਆਂ ਦੇ ਹੱਲ ਕਰਦੇ ਚੇਪਾਂ ਲਾਉਣੇ ਯਾਰ, ਆਪਾਂ ਜਵਾਂ ਨਹੀਂ ਡਾਏ ਯਾਰ, ਆਪਾਂ ਅਣਗਹਿਲੀ ਨਹੀਂ ਕਰਦੇ ਹੁੰਦੇ। ਮੈਨੂੰ ਐਂ ਸੀ ਪਹਿਲਾਂ ਸਾਰੇ ਵੱਡੇ ਬੱਚੇ ਡਾ ਕੇ ਬਾਅਦ 'ਚ ਛੋਟੇ ਬੱਚਿਆਂ ਦੇ ਚੇਪਾਂ ਨਾਲ ਦੀ ਨਾਲ ਚੇਪਾਂ ਲਾਉਣੀਆਂ ਸੀ ਯਾਰ, ਹੋਰ ਕੀ ਕੰਮ ਕਰਨਾ ਸੀ। ਆਪਾਂ ਚੇਪਾਂ ਲਾ ਕੇ ਮੁੜ ਕੇ ਨੀਵੀਂ ਛਤਰੀ ਭਰ ਦਿੰਦੇ ਸਾਰੀ ਛੋਟੇ ਬੱਚਿਆਂ ਨਾਲ। ਹੁਣ ਉਹਦੀ ਟੈਨਸ਼ਨ ਹੋ ਗਈ ਕਿ ਬੱਚਾ ਜਮੇ ਹੀ ਨਹੀਂ ਘਾ ਜਾ, ਉਹ ਛੋਟਾ ਬੱਚਾ ਹਜੇ ਚੀਕਦਾ, ਕੰਨਾਂ ਵੀ ਘੱਟ ਆ ਬੱਚੇ ਦੀਆਂ, ਤਾਂ ਕਰਕੇ ਥੋੜ੍ਹੀ ਟੈਨਸ਼ਨ ਵੱਧ ਹੋ ਗਈ ਯਾਰ ਬੱਚੇ ਦੀ। ਹਾਂਜੀ ਬਾਪਿਓ, ਅਤੇ ਦੋ ਬੱਚੇ ਹੋਰ ਨਹੀਂ ਦਿਸੇ ਬਈ, ਲੱਗੇ ਬੱਚਿਆਂ 'ਚੋਂ ਦੋ ਬੱਚੇ ਨਹੀਂ ਦਿਸੇ। ਇੱਕ ਤਾਂ ਯਾਰ ਹਰੇਕ ਲਾ ਵੀ ਟੂਸੇ ਦਾ ਲਾਲਚੀ ਨਾ ਬੱਚਾ ਛੱਡਿਆ ਕੋਈ, ਮੈਂ ਤੁਸੀਂ ਮਾੜਾ ਵੀਡੀਓ 'ਚ ਦੇਖ ਲਓ, ਮੈਨੂੰ ਤਾਂ ਲੱਗਦਾ ਛੱਡਿਆ ਹੀ ਆ, ਇੱਧਰਲੇ ਖੁੱਡੇ 'ਚ ਸੀ ਇਹਨਾਂ ਨਾਲ, ਠੀਕ ਹੈ। ਇੱਕ ਹਰੇਕ ਲਾ ਵੀ ਟੂਸੇ ਦਾ, ਅਤੇ ਇੱਕ ਨਹੀਂ ਦਿਸਿਆ ਬਈ, ਦੋਵੇਂ ਹਰੀਆਂ ਕਾਂਤਰਾਂ ਬੱਚੇ ਦੀਆਂ, ਚਿੱਟਾ ਬੱਚਾ। ਬਾਕੀ ਤਾਂ ਫਿਰਦੇ ਆ ਮੇਰੇ ਹਿਸਾਬ ਨਾਲ ਬੱਚੇ ਸਾਰੇ, ਬਿੱਠ ਬੁੱਠ ਬਿੱਠ ਕਾਂਤਰਾਂ ਵਾਲਾ ਫਿਰਦਾ, ਠੀਕ ਆ ਉਹ ਜਾਂਦਾ, ਆ ਹਰੀ ਬਗਲ ਜੇ ਵੋ ਆ ਦੇਖੋ, ਬਾਕੀ ਸਾਰੇ ਬੱਚੇ ਤਾਂ ਆਉਂਦੇ ਆ ਹੈ ਨਾ, ਬਗਲ ਟੂਸੇ ਟਾਸਿਆਂ ਵਾਲੇ, ਇੱਕ ਕਾਂਤਰਾ ਆ ਜਾਂਦਾ, ਟੂਸੇ ਡੰਡੇਲ ਟੂਸੇ ਖੁੰਝੇ ਵਾਲਾ, ਅਤੇ ਲਾਲਚੀਨਾ ਬਗਲ ਜੀ ਵਾਲਾ, ਉਹ ਸਾਰੇ ਤਾਂ ਫਿਰਦੇ ਆ ਮੇਰੇ ਹਿਸਾਬ ਨਾਲ ਆਉਂਦੇ, ਓਕੇ ਰਿਪੋਰਟ ਉਹਨਾਂ ਦੀਆਂ ਤਾਂ। ਅਤੇ ਉਹ ਦੋ ਬੱਚੇ ਉਹ ਵੀ ਨਹੀਂ ਦਿਸੇ ਯਾਰ, ਅਜੇ ਤਾਂ ਕੰਮ ਬੜਾ ਟੇਢਾ ਹੋ ਗਿਆ ਮੈਨੂੰ ਲੱਗਦਾ ਯਾਰ ਬਾਬਿਓ, ਅਜੇ ਤਾਂ ਟੈਨਸ਼ਨ। ਉਹ ਇੱਕ ਬੱਚੇ ਨੇ ਬਹੁਤ ਕੰਮ ਖਰਾਬ ਕਰਤਾ, ਉਦੋਂ ਬਾਅਦ ਆਪਣੇ ਉਹਨਾਂ ਨੂੰ ਉੱਡੇ ਫਿਰਦੇ ਸਾਰੇ ਬੱਚੇ ਯਾਰ, ਇਹ ਕਹਿਣ ਦਾ ਭਾਵ ਹੈ ਜਿੰਨੇ ਵੀ ਆਏ, ਠੀਕ ਹੈ ਕਿ ਨਹੀਂ। ਅੱਜ ਤਾਂ ਕੰਮ ਟੇਢੇ ਅਤੇ ਟੇਢਾ ਹੀ ਹੋਈ ਜਾਂਦਾ, ਬੱਚੇ ਕਾਫੀ ਨਹੀਂ ਦੇਖ ਰਹੇ ਯਾਰ, ਉੱਤੋਂ ਬਾਜ ਪਈ ਜਾਂਦਾ ਰਹਿੰਦਾ ਖੂੰਹਦਾ, ਉਹਨੇ ਜਲੂਸ ਕੱਢਤਾ ਸਾਰੇ ਕੰਮ ਦਾ। ਵੱਡਾ ਨਹੀਂ ਹੁੰਦਾ ਕਾਬ ਜਿਹਾ ਹੁੰਦਾ ਮੰਨ ਕੇ ਚਲੋ, ਈਗਲ ਉਹਨੇ ਅਟੈਕ ਕੀਤਾ ਕਬੂਤਰਾਂ 'ਤੇ, ਉਹ ਮੈਨੂੰ ਤਾਂ ਲੱਗਦਾ ਉਹ ਲਾ ਕੇ ਲਏਗਾ ਹੋਊਗਾ ਦੋ ਚਾਰ ਮੂਹਰੇ ਭੈਣ ਨਾਲ ਯਾਰ। ਬੱਚੇ ਵਾਹ ਵਾਹ ਨਹੀਂ ਦੀਦੇ ਯਾਰ, ਬੱਚੇ ਇੱਕ ਨਹੀਂ ਦੀਦਾ ਬਗਲ ਫੁੰਝਾ, ਇੱਕ ਇਕੱਲੀ ਬਗਲ ਲਾਲਚੀਨਾ, ਹਰੀਆਂ ਕਾਂਤਰਾਂ, ਗੁਲਾਬੀ ਕਾਂਤਰਾਂ, ਟੂਸਾ ਡੰਡਾ ਅਤੇ ਹਰਾ ਗੁਲਾਬੀ ਟੂਸਾ, ਬੱਚੇ ਯਾਰ ਘੱਟੋ ਘੱਟ 6 ਬੱਚੇ ਨਹੀਂ ਦੀਦੇ ਆਪਣੇ ਮੈਨੂੰ ਆਰਾਮ ਨਾਲ ਹੀ, ਠੀਕ ਹੈ। ਚਲੋ ਦੇਖਦੇ ਹਾਂ, ਹੌਲੀ ਹੌਲੀ ਪੂਰੇ ਹੋਣਗੇ ਤਾਂ ਬਾਬੇ ਦੀ ਕਿਰਪਾ ਨਾਲ। ਬਾਕੀ ਬੱਚੇ 5-6 ਬੱਚੇ ਤਾਂ ਬਹਾਲੇ, ਠੀਕ ਆ ਅਸੀਂ, ਅਤੇ ਇੱਕ ਕਾਲਾ ਚੀਨਾ ਰਹਿ ਗਿਆ, ਗੁਲਾਬੀ ਟੂਸੇ ਲਾ ਜਾਂਦਾ, ਇੱਕ ਕਾਂਤਰਾ ਬਿੱਠ ਰਹਿ ਗਿਆ, ਇੱਕ ਇੱਥੇ ਫੂੰਝਾ ਟੂਸਾ ਫਿਰਦਾ ਯਾਰ, ਫੂੰਝੇ ਟੂਸੇ ਨੂੰ ਬਹਾਲ ਗਏ ਹੈ ਨਾ, ਇਹਨਾਂ ਦੇ ਕੰਮ ਨਿਬੇੜ ਗਏ, ਜਿੰਨੇ ਕੁ ਬਹਿੰਦੇ ਉਹਨਾਂ ਨੂੰ ਤਾਂ ਕਰਕੇ ਪੂਰੇ ਆਪਾਂ ਬਹਾ ਕੇ। ਬਾਬਿਓ ਫਿਰ ਕਰੀ ਜਾਂਦਾ ਬਾਜ ਆਪਦੇ ਵਾਲਾ ਕੰਮ, ਉਹ ਫਿਰਦਾ ਦੀਆਂ ਤੋਂ ਤਾਂ ਹੈ ਨਹੀਂ ਬਈ ਯਾਰ, ਸਾਨੂੰ ਆਪਦੇ ਹਿਸਾਬ ਦੇ ਦੇਖ ਲਓ ਸਾਨੂੰ ਦੀਦਾ, ਠੀਕ ਹੈ। ਅਤੇ ਇਹਦਾ ਬਲਾਰ ਹੋ ਜਾਂਦਾ, ਕੈਮਰਾ ਵੀ ਇਸਦਾ ਬਲਾਰ ਕਰੀ ਜਾਂਦਾ, ਭੈਣ ਰਹਿੰਦਾ ਉਹ ਟੁੱਟ ਗਿਆ, ਫਿਰ ਪਤਾ ਨਹੀਂ ਕਿੱਧਰ ਕੁੱਧਰ ਕਿਹਨੂੰ ਫੜੂਗਾ ਕਿਹਨੂੰ ਨਹੀਂ ਫੜਦਾ, ਉਹ ਜ਼ਿਆਦਾ ਸਾਹਮਣੇ ਹੋਇਆ, ਉਹ ਐਂ ਨਹੀਂ ਪਤਾ ਮੁੜ ਕੇ ਇੱਧਰ ਹੀ ਆ ਜੇ, ਇੱਧਰ ਹੀ ਆ ਗਿਆ, ਉਹ ਉੱਧਰ ਜਾਂਦਾ ਬਾਬੇ। ਹਾਂਜੀ ਮੇਰੇ ਵੀਰੋ, ਬੱਚੇ ਭੱਗ ਗਿਆ, ਬੱਚੇ ਵਾਹਵਾ ਆ ਗਏ ਬੈਠਣ, ਬਾਜ ਇੱਕ ਹੋਰ ਬੱਚਾ ਸਿੱਟ ਗਿਆ ਗੁਰੂ ਘਰ ਕੋਲੇ, ਸਿੱਟ ਗਿਆ ਪਤਾ ਨਹੀਂ ਕਿਹਦਾ ਸਿੱਟ ਗਿਆ ਯਾਰ, ਆਪਣੇ ਹੋਊਗਾ ਵੱਡੀ ਉਮੀਦ, ਕਿਉਂ ਪਿੰਡ 'ਚ ਹੋਰ ਤਾਂ ਕਿਸੇ ਦੇ ਉੱਡਦੇ ਨਹੀਂ ਗੇ, ਮਤਲਬ ਕੋਈ ਡਾਉਂਦਾ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਉੱਡਦੇ ਨਹੀਂ, ਕੋਈ ਡਾਉਂਦਾ ਨਹੀਂ ਪਿੰਡ 'ਚ ਹੋਰ, ਬੱਚੇ ਵਾਹਵਾ ਆ ਗਏ ਮੁੜਿਆ। ਇੱਕ ਤਾਂ ਬਗਲ ਫੂੰਝਿਆਂ ਵਾਲੇ ਆ ਗਏ ਆਪਣੇ ਮੇਨ ਚਾਹੀਦੇ ਸੀ ਕਾਂਤਰਾਂ, ਇੱਕ ਡੱਟੂਸੇ ਡੰਡੇ ਵਾਲੀ ਖੜ੍ਹ ਜਾਓ, ਉਹ ਤਾਂ ਘਲਾਉਟੇ ਦੇ ਹੈ ਨਾ, ਆਪਾਂ ਇਹਨਾਂ ਨੂੰ ਭਾਗੇ ਬਈ ਯਾਰ, ਜਿੰਨੇ ਬੱਚੇ ਆਪਣੇ ਫਿਰਦੇ ਆ ਇਹਨਾਂ ਨੂੰ ਪੰਦਰ ਕਰਕੇ, ਜਿੰਨੇ ਸੇਫ ਹੁੰਦੇ ਆ ਉਨੇ ਸੇਫ ਕਰ ਲਈਏ, ਅਤੇ ਬਾਜ ਹੋ ਫਿਰ ਕੁਕੀ ਜਾਂਦਾ ਤੁਹਾਨੂੰ ਜੇ ਦਿਖਾਵਾਂ ਤਾਂ ਮੈਂ, ਜੂਮ ਮਾਰ ਕੇ ਖੜ੍ਹ ਜਾਓ, ਹੋ ਜਾ ਫੋਕਸ ਯਾਰ, ਗੰਦਾ ਫੋਨ ਵੀ ਨਾ ਹੋਵੇ, ਉਹ ਆਉਂਦਾ ਸਾਹਮਣੇ, ਉਹ ਆਉਂਦਾ ਦੇਖ ਗਿਆ, ਉਹ ਦੇਖੋ ਉਹ ਦਿਖਾਤਾ, ਉਹ ਫਿਰਦਾ ਬੱਚਾ ਆ ਗਿਆ ਆ ਗਿਆ ਆ ਗਿਆ ਆ ਗਿਆ, ਟੂਸੇ ਟੂਸੇ ਫੁੰਝਲ ਆ ਗਿਆ ਆ ਗਿਆ ਆ ਗਿਆ, ਆਇਆ ਪੁੱਤ ਆਇਓ 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 ਆਇਓ। ਅਤੇ ਜਿੰਨੇ ਬੱਚੇ ਘਰ 'ਤੇ ਫਿਰਦੇ ਸੀ ਬਈ, ਉਹ ਤਾਂ ਉਹ ਹਰੇਕ ਲਾ ਵੀ ਟੂਸੇ ਵਾਲੇ ਵੀ ਆ ਗਿਆ ਆਪਣਾ, ਓਏ ਆ ਜਾਂਦਾ ਹੋ ਜਾਂਦਾ, ਹਰੇਕ ਲਾ ਵੀ ਟੂਸੇ ਵਾਲੇ ਵੀ ਆ ਗਿਆ, ਤੁਹਾਡੀ ਭੈਣ ਨੂੰ ਅੱਜ ਤਾਂ ਦਸਲੀਆਂ ਹੋ ਗਈਆਂ ਓਏ, ਇੱਕ ਫਿਰ ਹਜੇ ਵੀ ਬੱਚੇ ਵਾਹਵਾ ਛਾਂਟ ਹੈ,
ਹਜੇ ਵੀ ਬੱਚੇ ਤਿੰਨ ਚਾਰ ਹੈ ਨਹੀਂ ਗੇ, ਫਿਰ ਇਹ ਬੱਚਾ ਨਿਕਲਿਆ ਪਤਾ ਨਹੀਂ ਕਿੱਥੋਂ ਆਇਆ ਖੜ੍ਹ 'ਚੋਂ, ਫਿਰ ਇਹ ਕਹਿੰਦਾ ਵੀ ਟੂਸੇ ਵਾਲਾ ਆ ਗਿਆ ਬਾਬੇ ਜਿਹੜਾ ਸਭ ਤੋਂ ਪਹਿਲਾਂ ਬੱਚਾ ਘਵਾਚਿਆ ਸੀਗਾ, ਮਤਲਬ ਦਿਸ ਨੂੰ ਹਟਿਆ ਸੀਗਾ ਜਿਹੜਾ ਆਪਾਂ ਨੂੰ, ਅਤੇ ਟੂਸੇ ਡੰਡੇਲੀ ਵੀ ਆ ਗਈ ਬਈ ਆਪਣੀ ਆ ਆਉਂਦੀ ਵੀ ਉੱਤੋਂ, ਪਤਾ ਨਹੀਂ ਕਿੱਥੋਂ ਜਾਣ ਜੂ ਨੂੰ ਬਚਾ ਕੇ ਨਿਕਲੀ ਆਉਂਦਾ ਯਾਰ, ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ, ਖਰੂ ਪਿਆ ਪਿਆ ਕੂਤਰਾਂ ਦਾ ਇੱਦਾਂ ਯਾਰ, ਇਹ ਦਿਨ ਵੀ ਸਾਫ਼ ਲੱਗੇ ਸੀ ਅੱਜ ਤਾਂ, ਅਤੇ ਅੱਜ ਬਾਜ ਨੇ ਬਹੁਤ ਕੰਮ ਖਰਾਬ ਕਰਤਾ ਯਾਰ, ਫਿਰ ਵੀ ਯਾਰ ਇੱਕ ਨਵਾਂ ਬੱਚਾ ਗੁਲਾਬੀ ਕਾਂਤਰਾਂ ਵਾਲਾ ਉਹ ਭਾਲ ਲੱਗੇ ਨਾ ਬੱਚਾ ਆਪਾਂ, ਕਰੈਕ ਮਿੰਟ ਇਹਨੂੰ ਤਾਂ ਬਹਾ ਹੀ ਲੱਗੇ ਆਪਾਂ ਖੜ੍ਹ ਜਾਓ ਯਾਰ, ਇਹਨੂੰ ਨਾ ਉਹ ਕਰਕੇ ਆਪਾਂ ਦੋ ਉਹ ਯਾਰ ਇੱਕ ਗੰਦ ਵਾਲੇ ਬਿਰਦਾ ਸਾਡੇ ਪਿੰਡ 'ਚ, ਇਹਨਾਂ ਦਾ ਤਵੀਤ ਕਰੂੰ ਮੈਂ ਵਿਹਲਾ ਆ ਹੋ ਕੇ। ਹਾਂਜੀ ਬਾਬੇ ਉਹ ਇੱਕ ਪੱਟੀ 'ਤੇ ਆ ਗਈ ਜੀ ਟੂਸੇ ਡੰਡੇ ਵਾਲੀ, ਇਹ ਸੇਵਕ ਨੇ ਫੜ ਕੇ ਦਿੱਤੀ ਹੈ ਆਪਣੇ ਪਿੰਡ ਵਾਲੇ ਸੇਵਕ ਡਾਊਨ ਨੇ, ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਇੰਨਾ ਕੁ ਵਿਹਾਰ ਆਪਣੇ ਕਬੂਤਰ ਕਰਦੇ ਹੀ ਹੁੰਦੇ ਹੈਗੇ, ਠੀਕ ਹੈ ਕਿ ਨਹੀਂ, ਇੱਧਰ ਆਉਂਦੇ ਹੁੰਦੇ ਕੇਰਾਂ ਤਾਂ, ਅੱਜ ਬਾਜ ਦਾ ਬਾਹਲਾ ਕੰਮ ਕਰ ਗਿਆ ਬਾਜ ਵਾਲੇ ਬੱਚਿਆਂ ਦਾ, ਇਹ ਵੀ ਇੱਧਰ ਸਿੱਟ ਗਿਆ ਬਾਜ, ਨਹੀਂ ਉਹ ਗੁਲਾਬੀ ਟੂਸਰ ਤੇਰੇ ਵੇਹਣੇ ਵੀ ਨਹੀਂ ਇੱਥੇ ਬੜੇ ਬੜੇ ਗੁਰਦੁਆਰੇ 'ਚ ਹਾਂਜੀ ਆ ਗਏ ਘਰੇ, ਅਤੇ ਮੈਨੂੰ ਲੱਗਦਾ ਬੱਚੇ ਆ ਗਏ ਬਈ ਲਗਭਗ ਜਿੰਨੇ ਡਿੱਗੇ ਸੀ ਆਸੇ ਪਾਸੇ, ਕਰੀ ਗਿਣਤੀ ਮਾਰ ਲਗੇ, ਟੂਸੇ ਡੰਡੇ ਵਾਲੀ ਵੀ ਕੰਬੀ ਜਾਂਦੀ ਹੈ, ਕਹਿੰਦੇ ਅਜੇ ਤਾਂ ਛੱਡ ਦੇ ਲੈ ਆ ਗਿਆ ਘਰ, ਲੱਗ ਗਿਆ ਪਤਾ ਹੁਣ ਲੱਗਿਆ ਪਤਾ ਨੂੰ ਘਰ ਆ ਰਿਹਾ ਯਾਰ, ਬਾਜ ਨੇ ਤਾਂ ਬਾਹਲੀ ਬੜੀ ਕੀਤੀ ਹੈ ਨਾ ਯਾਰ ਸੇਵਕਾ, ਭੈਣ ਬੱਚਿਆਂ ਦਾ ਜਲੂਸ ਕੱਢਤਾ ਬਾਬੇ, ਇੱਕ ਵਾਰੀ ਬੱਚੇ ਪੂਰੇ ਕਰ ਲਵਾਂ ਆਪਣੇ ਵੀ ਹੋ ਗਏ ਕਿ ਨਹੀਂ, ਫਿਰ ਇੱਕ ਹਰੀਆਂ ਕਾਂਤਰਾਂ ਵਾਲਾ ਨਹੀਂ ਆਇਆ ਹੋਣਾ, ਇਕੱਲਾ ਹੀ ਹਰੇ ਗੁਲਾਬੀ ਟੂਸੇ ਵਾਲਾ ਆਇਆ, ਇਹ ਖੜ ਜਾ, ਹਰੀਆਂ ਕਾਂਤਰਾਂ ਗੁਲਾਬੀ ਕਾਂਤਰਾਂ ਉਹ ਦੋਵੇਂ ਹੀ ਰਹਿ ਗਏ, ਹਾਂ ਅਤੇ ਇੱਕ ਛੋਟਾ ਕਾਲਾ ਚੀਨਾ ਰਹਿ ਗਿਆ, ਇੱਕ ਵਾਰੀ ਤਾਂ ਵਾਲੇ ਬੱਚੇ ਨੂੰ ਥੱਲੇ ਲਿਆਵਾਂ ਡਾ ਕੇ ਮੈਂ, ਉਹਨੂੰ ਵੇਖਾਂ ਵੀ ਹਰੇ ਗੁਲਾਬੀ ਟੂਸੇ ਵਾਲੇ ਕਿ ਹੋਰ ਹੈ। ਹਾਂਜੀ ਇੱਕ ਹਰੀਆਂ ਕਾਂਤਰਾਂ ਵਾਲਾ ਵਿਆਹ ਫਿਰਦਾ ਸੀ ਕੇ ਘਰ 'ਤੇ ਆ ਜਾਂਦਾ, ਦੋਵੇਂ ਹਰੀਆਂ ਕਾਂਤਰਾਂ, ਅੱਜ ਬਾਜ ਨੇ ਬੜਾ ਯਾਰ ਕੰਮ ਜੱਬਿਆ ਹੈ ਨਾ, ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਬੱਚਾ ਸਿੱਟ ਗਿਆ ਸੀਗਾ ਹੈ ਨਾ, ਉਹ ਆਪਣੇ ਸੀ ਗੁਲਾਬੀ ਕਾਂਤਰਾਂ ਵਾਲਾ, ਗੁਰੂ ਘਰ ਦੇ ਪਿੱਛੇ ਸਿੱਟ ਗਿਆ, ਹੁਣ ਰੱਬ ਜਾਣੇ ਸਕੂਲ 'ਚ ਸਿੱਟ ਗਿਆ ਗੁਰੂ ਘਰ ਸਿੱਟ ਗਿਆ ਨਾ, ਤੇਰੇ ਸਕੂਲ ਵੀ ਲੱਗਿਆ ਪਿਆ ਸੀਗਾ, ਉਹ ਅੜ ਗਈ ਜਾ ਕੇ ਇਸ ਸਿੱਧੇ ਹੀ ਮੈਂ ਦੇਖੀ ਆਊਗੀ, ਭੈਣ ਜੋ ਬੱਚਾ ਤਾਂ ਭੱਲ ਗਏ ਮੈਂ ਕਿਹਾ, ਹੋਰ ਜਿਹੜਾ ਕੋਈ ਬੰਦਾ ਬਣ ਜੂਗਾ, ਕਾਲਾ ਜੀ ਨਾ ਤਿੰਨ ਕੁ ਬੱਚੇ ਰਹਿ ਗਏ ਆਸੇ ਪਾਸੇ ਜੀ, ਕਰੀ ਜਾਂਦੇ ਹਾਂ ਹੱਲ, ਇੱਕ ਆ ਗਿਆ ਨਿਗਾਹ 'ਚ ਅਤੇ ਦੋ ਨਹੀਂ ਆਏ ਹਜੇ ਤੱਕ ਹਰੀਆਂ ਕਾਂਤਰਾਂ ਦਾ, ਇੱਕ ਗੱਲ ਹੋਰ ਯਾਰ ਜਿਹੜੇ ਬੱਚੇ ਉੱਧਰੋਂ ਆਉਂਦੇ ਆ ਬਹਿੰਦੇ ਤੇਰੀ ਇੱਥੇ ਆ ਕੇ, ਪਤਾ ਨਹੀਂ ਕੀ ਗੱਲ ਹੈ ਹੈਨਾ, ਜਿੰਨੇ ਆ ਸਾਰੇ ਤੇਰੀ ਇੰਨੇ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ, ਕੱਚੇ ਪੱਕੇ ਲੱਗੇ ਲਗਾਏ ਸਭ ਇੱਥੇ ਆ ਕੇ ਬਹਿੰਦੇ ਆ, ਨਾਲੇ ਬੈਠਣਗੇ ਇੱਥੇ ਆ ਕੇ, ਕੇਰਾਂ ਇੱਕ ਵਾਰੀ ਬਹਿ ਜਾਣਗੇ ਉਦੋਂ ਬਾਅਦ ਘਰ ਛੱਡ ਦੂ ਅੱਡੇ ਲੱਗ ਜਾਣਗੇ ਨਾਲ ਦੇਣੇ ਜਾ ਕੇ, ਫਿਰ ਉਹ ਤੋਂ ਹਿੱਲਦੇ ਵੀ ਨਹੀਂ ਪਾਸੇ, ਉਹ ਤਾਂ ਅੱਜ ਤਾਂ ਯਾਰ ਬੱਚਿਆਂ ਦੀ ਕੋਈ ਗਲਤੀ ਨਹੀਂ ਯਾਰ, ਅੱਜ ਤਾਂ ਸੱਚੀ ਦਿਨ ਚੰਗਾ ਲੱਗਿਆ ਅਜੇ ਤਾਂ, ਸਾਰਾ ਕੰਮ ਈਗਲ ਨੇ ਖਰਾਬ ਕਰਤਾ ਪਤੰਦਰ ਨੇ ਆ ਕੇ, ਬਈ ਓਏ ਸਿਰਾ ਲੱਗ ਗਈ ਓਏ ਬੱਚਾ ਇੱਥੇ ਆ ਗਿਆ, ਉਹ ਬੈਠਾ ਡਿੱਗਿਆ ਲੈ, ਤੁਹਾਨੂੰ ਕੀ ਦੱਸਿਆ ਸੀਗਾ, ਅਸੀਂ ਕਿਹਾ ਬੱਚਾ ਗੁਰੂ ਘਰ 'ਚ ਡਿੱਗਿਆ, ਉਹ ਡਿੱਗਿਆ ਪਿਆ ਫੜੀ ਨੂਰ ਬਹੁਡੇ ਨਾਲ, ਆਇਆ ਪੁੱਤ ਫੜ ਲਾ ਕੰਮ ਕਰ ਗਿਆ ਓਏ ਭੈਣ ਵੀ ਲਗੜੀ ਲੈਣਾ, ਹਾਏ ਓਏ ਭੈਣ ਚੋ ਕਿਆ, ਦੇਖੀ ਬੱਚੀ ਦੇ ਉਹ ਖੂਨ ਵੇਖੀ ਹੋਏ,
ਬੱਚੇ ਨੇ ਮਸਾਂ ਹੀ ਜਾਨ ਬਚਾਈ ਆਪਦੀ ਓਏ। ਚੱਲ ਆਇਆ ਚੱਲੇ ਕੋਈ ਨਾ, ਬਾਬਾ ਕਿਰਪਾ ਕੀਤੀ ਵਾਹਿਗੁਰੂ ਸੱਚੇ ਪਾਤਸ਼ਾਹ ਬਚਾਤਾ, ਧੰਨਵਾਦ ਤੇਰਾ। ਚੱਲ ਕੋਈ ਗੱਲ ਨਹੀਂ, ਗੁਰੂ ਘਰੇ ਆਏ ਸੀਗੇ, ਬੜੀ ਨਿਗਾਹ ਪਈ ਨੂਰ ਰਹਿਣਾ ਤੇਰੀ। ਹੋਰ ਆ ਗਏ ਜੀ ਘਰੇ। ਹਾਂ ਉਹ ਬੱਚਾ ਆ ਗਿਆ, ਬਗਲ ਫੂੰਜੇ ਵਾਲਾ ਬੱਚਾ ਵੀ ਆ ਗਿਆ। ਬਗਲ ਫੂੰਜੇ ਵਾਲਾ ਇੱਕ ਬੱਚਾ ਵੀ ਨਿੰਮ 'ਚ ਵੜ ਗਿਆ ਗੇ, ਉਹ ਤਾਂ ਸਿੱਧੇ ਹੀ। ਮੈਂ ਫਿਰ ਅੱਜ ਬੱਚਿਆਂ ਨੂੰ ਹੋਇਆ ਕੀ ਪਿਆ? ਅਤੇ ਬੱਚਿਆਂ ਨੂੰ ਹੋਣਾ ਕਿ ਤਾਂ ਬੱਚਿਆਂ ਦੇ ਸ਼ਿਕਾਰਟ ਪੈ ਗਿਆ, ਇਹ ਤਾਂ ਬੱਚਿਆਂ ਦੇ ਵਿਚਾਰਿਆਂ ਦੇ। ਆਹ ਬੱਚੇ ਨੂੰ ਚਲੋ ਲਿਆਂਦਾ ਖੁੱਡੇ 'ਚ ਲਾਲਾ ਪੈਰ ਲਾਟ ਪੈਰ ਵੀ ਲੱਤ ਲੁੱਤ ਵੱਜੀ ਥੱਲੇ ਆ ਗਿਆ ਨਾ, ਟੁੱਟ ਗਈ ਹੋਇਆ ਇਹਦੀ ਯਾਰ, ਸਿੱਧਾ ਆ ਕੇ ਵੱਜਿਆ ਫਿਰ ਫਿਰ ਵੀ ਕੋਈ ਡਰ ਨੀ ਆਪਾਂ ਨੂੰ। ਤਾਂ ਸੇਵਕ ਦੇ ਬਹਿ ਜੂ, ਉਹਨੂੰ ਕਹਿ ਮੈਂ ਵੀ ਬੱਚਾ ਬਾਣੀ ਤੇ ਬੱਚਾ ਬਾ ਕੇ ਮੈਂ ਤੇ ਘਰੇ ਛੱਡ ਜੀ। ਉਹ ਕਹਿੰਦਾ ਵੀ ਕੋਈ ਗੱਲ ਨੀ, ਬੱਚਾ ਬਾ ਕੇ ਘਰੇ ਛੱਡ ਜੂਗਾ, ਟੈਨਸ਼ਨ ਫਰੀ ਹੋ ਜਾ। ਹਾਂ ਯਾਰ ਪਿੰਡ 'ਚ ਆਪਾਂ ਨੂੰ ਕੋਈ ਰੌਲਾ ਨੀ ਕਿਸੇ ਨਾਲ, ਪਿੰਡ 'ਚ ਸਾਰੇ ਆਪਣੇ ਲਗਭਗ ਸਾਰੇ ਬੰਦੇ ਆਪਣੇ ਉਹੀ ਆ ਹਨਾ, ਬੇਲੀ ਆ ਸਾਰੇ, ਕੋਈ ਵੀ ਨਹੀਂ ਨਾਪਦਾ ਕਬੂਤਰ ਆਪਣਾ, ਕੋਈ ਉਹ ਨਹੀਂ ਕਰਦਾ ਉਹੋ ਜਿਹਾ ਕੰਮ। ਜੇ ਕਿਸੇ ਦੇ ਬੈਠ ਵੀ ਜਾਊਗਾ ਨਾ ਤਾਂ ਅਗਲਾ ਆਪ ਛੱਡ ਜਾਂਦਾ ਵੀ ਬਈ ਤੇਰਾ ਬੱਚਾ ਆ ਗਿਆ ਆਪਣੇ। ਇੱਕ ਬੇੜਾ ਹੋਰ ਲਾਇਆ ਵੀ ਉੱਧਰ, ਮੈਂ ਤਾਂ ਹਰਗਾਂ ਕਾਂਤਰਾਂ ਨਾਲ ਬੱਚਾ ਤਾਂ ਉੱਧਰ ਹੀ ਫਿਰਦਾ ਯਾਰ, ਡਰ ਗਿਆ ਹਨਾ ਉਹ, ਘਰ 'ਤੇ ਤਾਂ ਨਹੀਂ ਆਉਂਦਾ ਹੈਗਾ। ਅਤੇ ਘਰੋਂ ਉਹ ਲੈ ਚੱਲਦੇ ਆਪਾਂ ਯਾਰ, ਜਾਂ ਤਾਂ ਦੋ ਬੱਚੇ ਲੈ ਚੱਲਦੇ, ਕੋਈ ਓਲਾ ਮਾਰ ਕੇ ਦੇਖ ਲੈਂਦੇ ਹਾਂ, ਅਤੇ ਨਹੀਂ ਫਿਰ ਛਤਰੀ ਲੈ ਚੱਲਾਂਗੇ, ਛਤਰੀ 'ਤੇ ਬਾਹ ਕੇ ਲਿਆਵਾਂਗੇ ਬੱਚਾ, ਫਿਰ ਹੋਰ ਤਾਂ ਵੀ ਹਾਲ ਹੀ ਨਹੀਂ ਇਹ ਚੀਜ਼, ਠੀਕ ਹੈ ਕਿ ਨਹੀਂ। ਅਤੇ ਇੱਕ ਆ ਸੱਚ ਹੋਰ ਕਬੂਤਰ ਮਿਲ ਗਿਆ ਸੀ ਅੱਜ ਆਪਣਾ ਹਨਾ, ਉਹ ਐਂ ਨਹੀਂ ਪਤਾ ਵੀ ਕਬੂਤਰ ਆਪਣਾ ਸੀਗਾ, ਇਕੱਲੀ ਠੱਲ ਆਪਣੀ ਸੀਗੀ, ਇਹ ਵੀ ਪਿੰਡ 'ਚੋਂ ਲਿਆਂਦੀ ਹੈ ਮੈਂ। ਕਬੂਤਰ ਤਾਂ ਮੈਂ ਉੱਥੇ ਛੱਡ ਆਉਂਦਾ, ਕਬੂਤਰ ਹੀ ਸੀ ਕੋਈ, ਖੱਟੀਆਂ ਅੱਖਾਂ ਕਾਲੀ ਨੋਕਦੀ, ਮੈਂ ਮੇਰੇ ਤਾਂ ਯਾਦ ਚੇਤੀ ਨਹੀਂ ਯਾਰ, ਜੇ ਕੋਈ ਸਾਡੀ ਵੀ ਹੋਊਗੀ ਤਾਂ ਇਹੋ ਜਿਹੀ ਪੁਰਾਣੀ ਪੁਰੂਣੀ ਗਵਾਚੀ ਹਨਾ। ਅਤੇ ਮੈਂ ਇੱਕ ਚਾਰ ਇਕੱਲੀ ਠੱਲ ਦੇ, ਕਬੂਤਰ ਹੀ ਬੈਠੀ ਰਹਿੰਦੇ, ਕਬੂਤਰ ਤੋਂ ਮੈਂ ਕੀ ਕਰਾਉਣਾ। ਅਤੇ ਹੁਣ ਇਹ ਕਾਪੀ 'ਤੇ ਦੇਖਦੇ ਹਾਂ ਆਪਾਂ ਯਾਰ ਵੀ, ਕਾਪੀ 'ਤੇ ਭਾਲਣੀ ਪਊਗੀ ਠੱਲ, ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਆਪਣਾ ਕਬੂਤਰ ਸੀਗਾ ਕਿ ਇਕੱਲੀ ਆਪਣੀ ਠੱਲ ਠੁੱਲ ਲਾਈ ਹੈ ਕਿਸੇ ਕਬੂਤਰ ਦੀ ਉਹਨਾਂ ਨੇ, ਕਿਸੇ ਨੇ ਹਨਾ ਇਹ। ਚਲੋ ਠੱਲ ਆਪਾਂ ਲੈ ਕੇ ਰੱਖ ਦੀ ਘਰੇ ਅਤੇ ਹੱਥ ਧੋਈਏ, ਅੱਜ ਤਾਂ ਬਾਹਲੇ ਸੀਨ ਬਣੀ ਹੈ, ਤਾਂ ਕਮਾਲ ਨਹੀਂ ਹੋਈ ਜਾਂਦੇ ਯਾਰ ਜਮਾਂ ਪਤੰਦਰ ਵਗੈਰਾ ਤਾਂ। ਹਾਂਜੀ ਬਾਬਿਓ, ਅਤੇ ਬੱਚਾ ਵੀ ਹਰਗਾਂ ਕਾਂਤਰ ਵਾਲਾ ਘਰ 'ਤੇ ਤਾਂ ਆਇਆ ਸੀਗਾ, ਪਰ ਉੱਚਾ ਬਾਹਲਾ ਸੀਗਾ ਯਾਰ ਉਹ, ਠੀਕ ਹੈ। ਅਤੇ ਇੱਕ ਥੱਲੇ ਆਪਣਾ ਕੋਈ ਬੱਚਾ ਬੁੱਚਾ ਨਹੀਂ ਉੱਡ ਰਿਹਾ, ਉਹਦਾ ਕਰਕੇ ਇੱਕ ਡਰ ਗਿਆ ਬੱਚਾ, ਉੱਪਰਾ ਮੰਨ ਗਿਆ ਹਨਾ, ਅਤੇ ਉੱਡੇ ਹੀ ਫਿਰਦਾ, ਲੰਮਾ ਹੀ ਹੋਇਆ ਫਿਰਦਾ ਉਹ। ਹੁਣ ਤਾਂ ਇੱਕ ਵਾਰੀ ਘਰ 'ਤੇ ਆਇਆ, ਹੁਣ ਉੱਚਾ ਹੋ ਗਿਆ ਪੂਰਾ ਜਮਾਂ, ਫਿਰ ਉੱਧਰ ਹੀ ਟਲ ਗਿਆ ਜਿੱਧਰ ਪਹਿਲਾਂ ਉੱਡੀ ਜਾਂਦਾ ਪਿੰਡ ਦੇ ਦੂਜੇ ਪਾਸੇ ਜਾ ਕੇ। ਕਮਾਲ ਹੋ ਗਈ ਅੱਜ ਤਾਂ ਬਈ ਓਏ, ਸਾਰੇ ਬੱਚੇ ਪਹਿਲੇ ਗੇੜੇ ਅੰਦਰ ਗਏ, ਪਹਿਲੇ ਗੇੜੇ ਬਈ ਜਮਾਂ ਪਹਿਲੇ ਗੇੜੇ। ਮੈਨੂੰ ਐਂ ਲੱਗਦਾ ਸਾਰਿਆਂ ਨੇ ਮੌਤ ਬੜੀ ਨਜ਼ਦੀਕ ਤੋਂ ਦੇਖੀ ਹੈ, ਜਿਹੜੇ ਹਿਸਾਬ 'ਤੇ ਗੱਪ ਨਹੀਂ ਮਾਰਦਾ, ਇੱਕ ਛਤਰੀ ਇੱਕ ਘਰੀ ਟੇਢੀ ਕੀਤੀ ਅਤੇ ਸਾਰੇ ਹੀ ਅੰਦਰ ਜਾਵੜੇ, ਕੁੱਲ ਹੀ 10 ਮਿੰਟ ਸਾਰੇ ਬੱਚੇ ਲਾਹਤੇ, ਸਿਰਫ ਦੋ ਬੱਚੇ ਬਾਹਰ ਰੱਖਣੇ ਸੀ ਟੇਢੇ ਟੂਸਿਆਂ ਵਾਲੇ, ਵੀ ਉਹ ਦੂਜਾ ਬੱਚਾ ਬੁੱਚਾ ਆਉਂਦਾ ਕਈ ਵਾਰੀ ਤਾਂ ਉਹਦੇ ਵਾਸਤੇ ਹੈ ਨਾ, ਬਾਕੀ ਛਤਰੀਆਂ ਚੱਕ ਦਿੰਦੇ ਹਾਂ, ਖੇਤ ਚਾਹੂ ਫੜਾ ਕੋਣੀ ਆ, ਬੱਚੇ ਸਾਰੇ ਪੂਰੇ ਆ, ਦੋ ਬੱਚੇ ਬਾਰੇ ਹਰਗਾਂ ਕਾਂਤਰਾਂ, ਇੱਕ ਛੋਟਾ ਬੱਚਾ ਬਸ। ਹਰਗਾਂ ਕਾਂਤਰਾਂ ਚੱਲ ਉੱਡਿਆ ਫਿਰਦਾ, ਉਹ ਤਾਂ ਆਪਣੀ ਅੰਡਰ ਹੈਗਾ ਹਜੇ, ਅਤੇ ਛੋਟਾ ਬੱਚਾ ਥੋੜ੍ਹਾ ਜਿਹਾ ਉਹਦੀ ਦਿੱਕਤ ਆਊਗੀ ਆਪਾਂ ਨੂੰ, ਬਸ ਜਦੋਂ ਵੀ ਉਹ ਬੱਚਾ ਭਾਲਣਾ ਪੈਣਾ ਆਪਾਂ ਨੂੰ, ਅਤੇ ਰਾਤ ਰੂਤ ਨੂੰ ਫੜ ਲੈਵਾਂਗੇ ਉਹਨੂੰ, ਜੇ ਬੈਠਾ ਤੇ ਸੀਗਾ ਤਾਂ ਆਪਾਂ ਨੂੰ। ਹਰਗਾਂ ਕਾਂਤਰ ਵਾਲਾ ਵਿਆਹ ਆਉਂਦਾ ਓਏ, ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹਰਗਾਂ ਕਾਂਤਰਾਂ ਵਾਲੇ, ਆ ਗਿਆ ਲੈ ਹੁਣ ਨਹੀਂ ਘਰ ਛੱਡਦਾ, ਚੰਗਾ ਹੋਇਆ ਹੁਣ ਦਿਸ ਗਿਆ ਘਰ, ਲੈ ਹੁਣ ਠੱਪਿਆਂ 'ਤੇ ਹੋ ਗਿਆ ਐਂ ਤਾਂ ਲੱਗਣਾ ਗੰਦ ਨਾ ਹੋਵੇ ਤਾਂ। ਊਂ ਛੰਡ ਕੱਢੀਆਂ ਤਾਂ ਉੱਡਰ ਵਾਲੀ ਪਿੰਡ 'ਚ ਜਾ ਕੇ, ਬਾਂਬੀਗੜ੍ਹ 'ਤੇ ਉੱਡਰ ਵਾਲੀ ਹਾਰੇ ਬਾਏ ਉੱਧਰ ਵਿਚਾਰੇ, ਵਿਹੜੇ ਜਿੰਨੇ ਕੁ ਉੱਧਰ ਉੱਡੇ ਫਿਰਦੇ ਸੀਗੇ। ਦੇਖੋ 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 ਹੁਣ ਘਰ ਦੀ ਪਛਾਣ ਆਈ, ਦੇਖੋ ਦੇਖੋ ਕਿਵੇਂ ਮਸਤ ਦਲ ਹੈ। ਆਇਆ 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 ਆਇਆ, ਲੈ ਦੇਖੋ ਹੁਣ ਘਰ ਦਿਸ ਗਿਆ ਨਾ, ਗੇੜੇ ਦੋ ਨਹੀਂ ਪਾਉਣੇ ਸਿੱਧਾ ਛਤਰੀ 'ਤੇ,
ਲੱਗੀ ਤੇ ਨਾਲੇ ਪਹਿਲਾਂ ਲੈ ਲੈ ਆਇਆ 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 ਲਓ ਜੀ ਇਹਨੇ ਤਾਂ ਬੈਠ ਹੀ ਜਾਣਾ, ਇਹਨੇ ਨਹੀਂ ਕਿਤੇ ਜਾਣਾ, ਓਕੇ ਰਿਪੋਰਟ ਹੋ ਗਈ ਆ। ਅਤੇ ਹਰੀਆਂ ਕਾਂਤਰਾਂ ਵਾਲਾ ਵੀ ਆ ਕੇ ਬੈਠ ਗਿਆ ਬਈ ਉਹ ਰਿਸ਼ਤ ਇੱਥੇ, ਠੀਕ ਹੈ ਕਿ ਨਹੀਂ? ਦੱਸਿਆ ਜੀ ਤੁਹਾਨੂੰ ਵੀ ਜਦੋਂ ਘਰ ਦੇ ਤੁਹਾਨੂੰ ਪਤਾ ਲੱਗ ਗਿਆ ਵੀ ਮੇਰਾ ਘਰ ਆ, ਬਾ ਹੁਣ ਦੋ ਗੇੜੇ ਪਾਉਣੇ ਗੜਾ ਚਤਨੇ ਪੈ ਜਾਣਾ ਆ ਕੇ ਅਤੇ ਬੈਠ ਗਿਆ ਕੇ ਚੰਗਾ ਹੋ ਗਿਆ ਚੱਲ ਯਾਰ। ਬਸ ਹੁਣ ਚਲੇ ਛੋਟੇ ਬੱਚੇ ਦੀ ਕਲਪਣ ਰਹੀ ਕਾਲੇ ਚੀਨੇ ਦੀ, ਅੱਜ ਕੋਈ ਬੱਚਾ ਬੁੱਚਾ ਨਹੀਂ ਕੱਢਿਆ ਕਿਹੋ ਜਿਹੇ ਇੱਧਰੋਂ ਬੱਚੇ ਕੱਢ ਰਹੇ ਸੀ, ਐਂ ਨਹੀਂ ਪਤਾ ਜੀ ਕੱਢ ਲਗੇ ਕੋਈ ਚੱਕਰ ਨਹੀਂ, ਕਿਹੜਾ ਖੇਤ ਚਾਹ ਫੜਾ ਆਵਾਂਗੇ। ਹਾਂਜੀ ਮੇਰੇ ਵੀਰੋ, ਅਤੇ ਆ ਗਏ ਜੀ ਖੇਤ ਲੈ ਕੇ ਚਾਹ ਰੋਟੀਆਂ, ਠੀਕ ਹੈ, ਚਾਹ ਵੀ ਰੱਖਤੀ, ਰੋਟੀਆਂ ਵੀ ਰੱਖਤੀਆਂ, ਦਵਾਈ ਵੀ ਲਏ 2 ਲੀਟਰ ਸਪਰੇ, ਠੀਕ ਹੈ ਕਹਿੰਦੇ ਢੱਕਣ ਢੱਕਣ ਪੀਓ ਅਤੇ ਖੁਸ਼ਹਾਲ ਜ਼ਿੰਦਗੀ ਬਣਾਓ। ਉਧਰੋਂ ਦੂਜੇ ਘਰ ਵਾਲਿਆਂ ਦੇ ਫੋਨ ਸਾਡੇ ਤਾਏ ਕਾ, ਹੈ ਨਾ, ਤਾਏ ਦਾ ਮੁੰਡਾ ਬ੍ਰਦਰ ਕਹਿੰਦਾ ਵੀ ਬਈ ਮੇਰੀ ਵੀ ਚਾਹ ਫੜਾ ਗਿਆ ਖੇਤ ਆ ਕੇ। ਮੈਂ ਚੱਲ ਆ ਜਾਂਦਾ ਹੁਣ, ਤਾਂ ਜਦੋਂ ਉਪਰਾਲਾ ਕੀਤਾ ਹੀ ਆਪਾਂ ਚਾਹ ਪਾਣੀ ਵਾਲਾ ਤੇ ਲੱਗਦੇ ਹੱਥ, ਮੈਂ ਤੇਰੀ ਹੀ ਫੜਾ ਜਾਂਦਾ ਫਿਰ। ਹੁਣ ਚੱਲ ਪਏ ਲੰਬੀ ਵਾਲੇ ਪਾਸੇ ਚਾਹ ਫੜਾਉਣ, ਠੀਕ ਹੈ, ਅਸੀਂ ਚਾਹ ਰੋਟੀ ਫੜਾ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਵਿਹਲੇ ਹਾਂ, ਫਿਰ ਘਰੇ ਚੱਲਾਂ। ਜੀ ਮੇਰੇ ਵੀਰੋ, ਅਤੇ ਸੇਵਕ ਆ ਗਿਆ ਸੀ ਬਈ ਜਿਨ੍ਹਾਂ ਦੇ ਆਪਾਂ ਘਰੋਂ ਬੱਚਾ ਲੈ ਕੇ ਆਉਂਦਾ, ਹੈ ਨਾ, ਅਤੇ ਰੰਗ ਰੁੰਗ ਲੈ ਗਿਆ ਯਾਰ, ਉਹ ਬਸ ਤੁਹਾਨੂੰ ਪਤਾ ਹੀ ਹੈ, ਹੈ ਨਾ, ਆਹੀ ਕੁਛ ਹੁੰਦਾ, ਕਬੂਤਰ ਦੇ ਦਿੰਦੇ ਉਹਨਾਂ ਨੂੰ ਆਪਾਂ, ਰੰਗ ਦੇ ਦਿੰਦੇ ਹਾਂ ਬਸ, ਇੰਨੇ ਨਾਲ ਤੁਹਾਨੂੰ ਪਤਾ ਯਾਰ ਬਣਿਆ ਰਹਿੰਦਾ ਸਰਕਲ ਚੱਲੀ ਜਾਂਦਾ। ਤੋਤੇ ਰੰਗਾ ਰੰਗ ਪੈਸੇ ਆਪਾਂ ਤੋਤੇ ਰੰਗਾ ਤਾਂ ਲਾਉਣਾ ਨਹੀਂ ਹੁੰਦਾ, ਤੁਹਾਨੂੰ ਪਤਾ ਹੈ, ਇੱਕ ਤਾਂ ਹਰਾ ਲਾਉਣਾ ਹੁੰਦਾ, ਇੱਕ ਗੁਲਾਬੀ, ਤੋਤੇ ਰੰਗੇ ਵਾਲੀ ਬੋਤਲ ਫੜਾ ਦੀ ਚੁੱਕ ਕੇ ਮੈਂ ਲੈ ਜਾਓ, ਕੋਈ ਟਿਕਟ ਨਹੀਂ, ਵਾਧੂ ਰੰਗ ਦਾ ਵੀ ਭਾਅ ਜੀ 20 ਰੁਪਏ ਦਾ ਰੰਗ ਹੈ। ਅਤੇ ਹੁਣ ਕੱਢ ਗਏ ਸੱਚ ਕਾ ਕਬੂਤਰੀ ਵੀ ਲੈ ਗਏ, ਹਾਂ ਇਹਦੀ ਵੀਡੀਓ ਪਾਉਣੀ ਰਹੇਗੀ, ਇਹਦੇ 'ਤੇ ਹਰੇ ਢਿੱਡ ਵਾਲੀ ਕਬੂਤਰੀ ਬੈਠੀ ਸੀ ਮੋਜੀ, ਠੀਕ ਹੈ, ਅਤੇ ਉਹ ਵੀ ਲੈ ਗਏ, ਕਹਿੰਦੇ ਵੀ ਸਾਡੀ ਕਬੂਤਰੀ ਹੈ, ਉਹ ਵੀ ਲੈ ਜਾਓ, ਕੋਈ ਟਿਕਟ ਨਹੀਂ, ਸੋਡੀ ਹੈ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ। ਅਤੇ ਕੀ ਕਹਿੰਦੇ ਹੁੰਦੇ ਭਾਅ ਜੀ, ਆਪਣਾ ਬੱਚੇ ਕੱਢ ਲਏ ਬਈ, ਸਾਰੇ ਬੱਚੇ ਛੋਟੇ, 9 ਆਪਣੇ ਵਾਲੇ ਹੈ ਅਤੇ 3 ਜਿਹੜੇ ਪਿਓਰੋਂ ਲਿਆਉਂਦੇ ਉਹ ਹੈ, ਅਤੇ 1 ਤੁਹਾਨੂੰ ਪਤਾ ਵੀ ਪਿਓਰੇ ਲੁੱਟ ਗਿਆ, 4 ਲਿਆਉਂਦੇ ਸੀ ਉੱਥੋਂ, ਠੀਕ ਹੈ, ਇਹ ਸੀਨ ਹੈ। ਬਸ ਓਕੇ ਰਿਪੋਰਟਾਂ, ਦੂਜੇ ਬੱਚੇ ਛਤਰੀ 'ਤੇ ਬੈਠੇ ਆ, ਉਹਨਾਂ ਨੂੰ ਵੀ ਲਾਉਣੇ ਕਰਦੇ ਆ। ਕਣਕ ਵੀ ਮੁੱਕ ਗਈ ਮੇਰੇ ਵੀਰੋ, ਘਰੋਂ ਕਣਕ ਲੈਣ ਆਏ ਹਾਂ ਜੀ, ਦੀ ਘਰੋਂ ਕਣਕ ਵੀ, 1 ਸੂਈ, 1 ਧਾਗਾ ਅਤੇ 1 ਆਪਣੀ ਤੇਲ 'ਚ ਕਲਕਾ ਕੇ ਹਲਦੀ, ਲੈ ਮੁੰਡਿਆ ਫੜੀਆਂ ਦੋਵੇਂ ਪਾਸਿਓਂ ਮਾੜਾ ਜਿਹਾ। ਅਤੇ ਇਹ ਬਈ ਜਿਹੜੀ ਕਬੂਤਰ ਸਿਆਉਣ ਵਾਲੀ ਵੀਡੀਓ ਆਊਗੀ, ਠੀਕ ਹੈ, ਇਹ ਵੀਡੀਓ 'ਚ ਪੈਡ ਨਹੀਂ ਕਰਦੇ ਉਹ ਚੀਜ਼ਾਂ, ਇਹ ਵੀਡੀਓ ਜ਼ਿਆਦਾ ਲੰਬੀ ਹੋ ਜਾਵੇਗੀ, ਸਪੈਸ਼ਲ ਵੀਡੀਓ ਪਾਵਾਂਗੇ ਤੁਹਾਡੇ ਵਾਸਤੇ ਇਹ ਵਲੋਗ ਤੋਂ ਬਾਅਦ, ਸੁਬਾਹ ਦੇ ਟਾਈਮ ਪਾਵਾਂਗੇ ਆਪਾਂ, ਅਤੇ ਉਹਦੇ 'ਚ ਪ੍ਰੋਪਰ A to Z ਸਿਆਉਣ ਤੋਂ ਲੈ ਕੇ ਮੈਡੀਸਨ ਤੋਂ ਲੈ ਕੇ ਕੇਅਰ ਤੱਕ ਸਾਰਾ ਕੁਛ, ਵੀ ਕੀ ਕਰਨਾ ਕੀ ਨਹੀਂ, ਉਹ ਇੱਕ ਅਲੱਗ ਵੀਡੀਓ 'ਚ ਹੋਊਗਾ ਸਾਰਾ ਕੁਛ, ਠੀਕ ਹੈ। ਹਾਂਜੀ, ਅਤੇ ਅੰਦਰੋਂ ਲਾਈਟ ਛੱਡ ਕੇ ਆਓ ਜੀ, ਸਾਰੇ ਖੁੱਡਿਆਂ ਦੀ, ਅਤੇ ਸਾਰਾ ਕੁਝ ਰੈਡੀ ਆ ਬਰੋ, ਸਾਰੇ ਕਬੂਤਰਾਂ ਦਾ ਪਾਣੀ, 1, 2, 3, 4 ਉੱਧਰ ਸਾਰੀਆਂ ਦਾਣਿਆਂ ਵਾਲੀਆਂ ਟਰੇਆਂ ਰੈਡੀ ਹੈ, 2 ਦਾਣਿਆਂ ਵਾਲੀਆਂ ਟਰੇਆਂ ਅੰਦਰ ਪਈਆਂ, ਅਤੇ ਇੱਧਰ ਖੁੱਡਿਆਂ ਦੀ ਜਗਮਗ ਵੀ ਹੋ ਗਈ, ਤਾਂ ਸਾਰੇ ਛੋਟੇ ਬੱਚੇ ਖੁੱਡ 'ਚ ਲੱਗ ਗਏ ਆਪਾਂ, ਠੀਕ ਹੈ। ਅਤੇ ਮੇਰੀ ਰਾਏ ਵੀ ਆ, ਸਾਰੇ ਬੱਚੇ ਜਿੰਨੇ ਛੋਟੇ ਆ ਸਾਰੇ ਪਾਸੇ ਬੈਟਕਾਲੇ ਹੋ ਗਏ ਆਪਣੇ, ਇੱਧਰ ਦੋਵੇਂ ਖੁੱਡਾਂ ਦੇ ਹੋ ਗਏ, ਇਹ ਸਾਰੇ ਚੱਕ ਕੇ ਆਪਾਂ ਟ੍ਰਾਂਸਫਰ ਕਰ ਦਈਏ ਆਹ ਖੁੱਡੇ 'ਚ, ਕਿਉਂਕਿ ਇਹਨਾਂ ਦੇ ਮਾਂ ਪਿਓ ਨੇ ਹੁਣ ਦੂਰੇ ਫਿਰ ਬੱਚੇ ਪਾਲਣੇ ਆ, ਅਤੇ ਇਹ ਬਹੁਤ ਵੱਡੇ ਹੋਏ ਪਏ ਆ। ਓਕੇ ਓਕੇ, ਚਲੋ 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 ਚਲੋ, ਆਇਓ ਆਇਓ, ਆਇਓ ਆਇਓ ਆਇਓ, ਚਲੋ ਚਲੋ ਚਲੋ, ਆਇਓ ਆਇਓ ਆਇਓ, ਆਇਓ 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 ਆਇਓ, ਟਿੱਪਾਂ ਵਾਲੇ ਅਤੇ ਸਾਰੇ ਛੋਟੇ ਬੱਚੇ ਵੀ ਕਰਤੇ ਅੰਦਰ ਬਾਬੇ ਦੀ ਕਿਰਪਾ ਨਾਲ, ਲਗਭਗ 12 ਬੱਚੇ ਸੀਗੇ ਬਾਹਰ, ਇੱਕ ਮਾੜੀ ਗਿਣਤੀ ਮਾਰ ਲਾਉਂਦਾ ਪੂਰੇ ਹੀ ਹੈਗੇ। ਲਓ ਜੀ ਧਰ ਦੇ ਵਾਟਰ,
ਧਰ ਦੋ ਜੀ ਦਾਣਾ ਪਾਣੀ ਓਕੇ ਧਰ ਦੋ ਜੀ ਇੱਧਰ ਵੀ ਕੋਈ ਗੱਲ ਨੀ ਹੋ ਗਿਆ ਇੱਧਰ ਲੱਗੀ ਲਾਤੀ ਲਾਤੀ ਮੁੱਕੇ ਹੋ ਗਏ ਇੱਧਰ ਧਰਦੇ ਜੀ ਇੱਧਰ ਵੀ ਜੀ ਧਰ ਦੋ ਇੱਧਰ ਵੀ ਲੈਟਰ ਲੁੱਟ ਛੱਡ ਦੋ ਮੈਂ ਕਿਤੇ ਘੁੱਗੀ ਮਾਰਤੀ ਓਕੇ ਇੱਧਰ ਵੀ ਦੇਖ ਕੇ ਆ ਗਏ ਤੇ ਕਈ ਵਾਰੀ ਕਿਤੇ ਆਪਾਂ ਨੂੰ ਬੈਠਾ ਦਿਸ ਗਿਆ ਬਾਬੇ ਦੀ ਕਿਰਪਾ ਨਾਲ ਤਾਂ ਆਪਾਂ ਨੂੰ ਫੜ ਲਿਆਵਾਂਗੇ ਹਨਾ ਤੇ ਗਊਸ਼ਾਲਾ ਚ ਫੇਰ ਆਏ ਸੀ ਬਈ ਹਨਾ ਪਰ ਚੱਕਰ ਕੀ ਹੋਇਆ ਹੁਣ ਤਾਂ ਜ਼ਿਆਦਾ ਹਨੇਰਾ ਹੋ ਗਿਆ ਯਾਰ ਹੁਣ ਤਾਂ ਇੱਥੇ ਦੇਖ ਕੁਛ ਨਹੀਂ ਰਿਹਾ ਹੁਣ ਤਾਂ ਵੇਲੇ ਦੇ ਕੰਮ ਤੇ ਵੇਲੇ ਦੀਆਂ ਟੱਕਰਾਂ ਰਹਿ ਗਈਆਂ ਇੱਥੇ ਭਰਾਵੋ ਆਹ ਬੇਰੀ ਬੁਰੀ ਚੀਜ਼ ਹੋ ਸਕਦਾ ਸ਼ੈੱਡ 'ਤੇ ਹੋ ਸਕਦਾ ਸੋ ਮੈਨੀ ਪੋਸੀਬਿਲਟੀਜ਼ ਕੀ ਪਤਾ ਤੁਹਾਨੂੰ ਨਿਕਲ ਗਿਆ ਹੋ ਕੀ ਪਤਾ ਕਿਸੇ ਡਿੱਗ ਪਿਆ ਘਰੇ ਕੋਠੇ 'ਚ ਵੜ ਗਿਆ ਹੋ ਕੁਛ ਨਹੀਂ ਪਤਾ ਬਾਈ ਯਾਰ ਠੀਕ ਹੈ ਕਿ ਨਹੀਂ ਅਤੇ ਚੱਲਦੇ ਹਾਂ ਯਾਰ ਘਰ ਨੂੰ ਠੀਕ ਆ ਹਾਂਜੀ ਬਾਬਿਓ ਆ ਗਏ ਘਰੇ ਅਤੇ ਬਈ ਜਿਹੜੇ ਕਬੂਤਰ ਛਤਰੀਆਂ 'ਤੇ ਬੰਨੇ ਪਏ ਸੀ ਉਹਨਾਂ ਨੂੰ ਲਾ ਦੇਗੇ ਅਤੇ ਇੱਕ ਬੱਚਾ ਲਾ ਦੇਗੇ ਟੈਟੂ ਸਿਆ ਹੁਣ ਕਿਆ ਹੁਣ ਉੱਡ ਰਹੇ ਨੂੰ ਕਿੱਧਰ ਜਾ ਉੱਡ ਕੇ ਫਲੈਸ਼ ਜੀ ਕੋਈ ਹੈਗੀ ਕਬੂਤਰਾਂ ਨੇ ਤੇ ਬੱਚੇ ਵੀ ਤੁਹਾਨੂੰ ਦੱਸਿਆ ਸੀ ਨਾ ਨੌ ਬੱਚੇ ਸ਼ਿਫਟ ਕੀਤੇ ਅੱਜ ਇੱਧਰ ਨਵੇਂ ਤੇ ਉਹ ਵਿਚਾਰੇ ਜਾਲੀਆਂ ਨੂੰ ਲੌਂਕੇ ਪਏ ਹੈਗੇ ਸਾਰੇ ਆਸੇ ਪਾਸਿਆਂ ਨੂੰ ਹਨਾ ਕੋਈ ਇੱਧਰ ਕੋਈ ਉੱਧਰ ਕੋਈ ਉੱਧਰ ਤੇ ਉਹ ਬੱਚਾ ਜਿਹੜਾ ਸਿਉਂਤਾ ਹੈ ਉਹ ਹੋ ਬੈਠਾ ਸਾਹਮਣੇ ਉਹ ਅਸੀਂ ਹੈ ਨਾ ਉਹਦਾ ਆਪਾਂ ਹੱਲ ਕਰਤਾ ਦਿਖਾ ਦੇਣਾ ਉਹਨੂੰ ਉੱਤੋਂ ਵੀ ਮਾੜਾ ਜਿਹਾ ਅਤੇ ਉਹ ਦੇਖੋ ਹਲਦੀ ਹੁਲਦੀ ਲਾ ਰੱਖੀ ਹੈ ਅਤੇ ਉਹਦੀ ਵੀਡੀਓ ਸਪੈਸ਼ਲ ਬਣ ਗਈ ਗਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਤੋਂ ਬਾਅਦ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰਲੇ ਘਰੇ ਅਤੇ ਓਕੇ ਰਿਪੋਰਟਾਂ ਜੀ ਬਸ ਰੋਟੀ ਰੋਟੀ ਖਾ ਜਾਏ ਇੱਧਰ ਕਬੂਤਰਾਂ ਦੀਆਂ ਵੀ ਓਕੇ ਰਿਪੋਰਟਾਂ ਹੈ ਨਾ ਦੇਖ ਲਈਏ ਇੱਕ ਮਿੰਟ ਦਾਣੇ ਦੂਣੇ ਸਭ ਸੈਟਿੰਗ 'ਚ ਸਭ ਸੈਟਿੰਗ 'ਚ ਹੀਰੋ ਦਵਿਓ ਨਾ ਕੋਈ ਗੱਲ ਨਹੀਂ ਬਾਜ ਬੂਜ ਆਉਂਦੇ ਰਹਿੰਦੇ ਲੰਡੂ ਪੰਜੂ ਇਹੋ ਜਿਹੇ ਬਾਜਿਆਂ ਨਾਲ ਤਾਂ ਦਵਣੀ ਦਾ ਮੁਕਾਬਲਾ ਕਰਾਵਾਂਗੇ ਆਪਾਂ ਰਾਤ ਨੂੰ ਵਲੌਗ ਦੀ ਐਂਡਿੰਗ ਕਰਦੇ ਹਾਂ ਬਈ ਆਪਾਂ ਹਾਂਜੀ ਮੇਰੇ ਵੀਰੋ ਲਗਭਗ ਵੱਜ ਗਏ 12 ਬਾਈ ਠੀਕ ਆ ਹੁਣ ਖੁੱਡਿਆਂ 'ਚ ਆਏ ਸੀ ਦੇਖ ਰਹੇ ਸੀ ਮਾੜਾ ਮੋਟੇ ਕੋਈ ਬੱਚੇ ਬੱਚੇ ਅੰਡਿਆਂ ਉਂਡਿਆਂ ਹਿਸਾਬ ਕਿਤਾਬ ਅਤੇ ਨਲੇ ਕਬੂਤਰਾਂ ਨੂੰ ਮੈਂ ਕਿਹਾ ਵੀ ਥੋੜ੍ਹੇ ਥੋੜ੍ਹੇ ਦਾਣੇ ਵੀ ਹੋਰ ਪਾ ਦਈਏ ਓਕੇ ਆ ਬਰੋ ਇੱਧਰ ਪਾ ਦੇ ਮਾੜੇ ਮੋਟੇ ਹੋਰ ਦਾਣੇ ਵੱਡੇ ਕਬੂਤਰਾਂ ਨੂੰ ਕਿਉਂਕਿ ਇੱਧਰ ਬੱਚੇ ਜ਼ਿਆਦਾ ਤਾਂ ਕਰਦੇ ਦਾਣੇ ਫਿਰ ਜ਼ਿਆਦਾ ਹੀ ਖਾਂਦੇ ਆ ਅਤੇ ਇੱਧਰਲਿਆਂ ਕੋਲ ਤਾਂ ਪਏ ਆ ਦਾਣੇ ਕੋਈ ਚੱਕਰ ਨਹੀਂ ਗਾ ਅਤੇ ਬੱਚਿਆਂ ਵਾਲੇ ਵੀ ਖੁੱਡੇ ਖਾਡੇ ਬੰਦ ਕਰੀਏ ਹੈ ਨਾ ਅਤੇ ਇਹਨਾਂ ਕੋਲ ਮਾੜੇ ਮੋਟੇ ਪਏ ਆ ਕੋਈ ਨਾ ਇਸ ਉੱਠ ਕੇ ਖਾ ਲੈਣਗੇ ਹੋਪਸ ਉਮੀਦ ਆ ਉਮੀਦ ਕੀ ਹੈ ਕੱਲ੍ਹ ਨੂੰ ਵੀ ਦਿਨ ਪੂਰਾ ਸਾਫ਼ ਹੋਊਗਾ ਬਈ ਹੈ ਨਾ ਅਤੇ ਪਰ ਕੱਲ੍ਹ ਨੂੰ ਬੱਚੇ ਉਸ ਹਿਸਾਬ 'ਤੇ ਡਾਵਾਂਗੇ ਆਪਾਂ ਇੱਕ ਭੈਣ ਜੀ ਤਾਂ ਦਿੰਦੀ ਉੱਡੀ ਗਾ ਇਹ ਨੁਕਸਾਨ ਤਾਂ ਨੁਕਸਾਨ ਹੀ ਹੁੰਦਾ ਚਲੋ ਕੋਈ ਗੱਲ ਨਹੀਂ ਬਾਬੇ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਕੱਲ੍ਹ ਨੂੰ ਮਿਲਦੇ ਕੱਲ੍ਹ ਨੂੰ ਦੇਖਦੇ ਕੀ ਬਣਦਾ ਸੋਏ ਸਾਰੇ ਲਵ ਯੂ